ਸਰ ਨੇ ਇੱਕ ਵਾਰੀ ਸ਼ੋਅ 'ਚ ਸਵਾਗਤ ਆ। ਹੁਣ ਅਸੀਂ ਇਹਨੇ ਆਪਣੇ ਕਾਲ ਲਾਲ ਤਾਂ ਦੇਖਦੇ ਹਾਂ ਕੌਣ ਹੈ ਲਾਈਨ 'ਤੇ। ਹੈਲੋ ਹੈਲੋ, ਸਤਿ ਹੈਲੋ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਤੁਸੀਂ? ਠੀਕ ਹੋ? ਹਾਂਜੀ ਬਿਲਕੁਲ ਠੀਕ ਹੈ, ਤੁਸੀਂ ਦੱਸੋ ਜੀ। ਬਹੁਤ ਸੇਵਾ ਕੀਤੀ ਹੈ ਨਗਰ ਕੀਰਤਨ ਤੇ। ਓ ਦੇਖ ਲਓ, ਅਸੀਂ ਤੁਹਾਡਾ, ਮੈਂ ਉਹ ਸਵਾਲ ਪੁੱਛਣ ਲੱਗੀ ਸੀ, ਵਿਰਾਸਤ ਵਿੱਚ ਕਹਿੰਦਾ ਸੇਵਾ ਕਰ ਲਿਆ ਹੁੰਦਾ, ਹੁਣ ਥੋੜੀ ਸਵਾਲ ਪੁੱਛਣਾ ਉਹਨੇ। ਹਾਂ, ਨਹੀਂ ਤਾਂ ਭਰਾਵਾ ਇੱਕ ਮਿੰਟ, ਮੈਂ ਤਾਂ ਕਮਲਾ ਜਿਹਾ ਕਰ ਦਿੱਤਾ ਸੀ। ਹਾਂ ਹੋਰ ਦੱਸੋ ਜੀ। ਮੈਂ ਤੁਹਾਨੂੰ ਪੁੱਛਣਾ ਸੀ ਹੈ ਨਾ, ਵੀ ਮੈਂ ਨਾ, ਮੈਨੂੰ ਇੰਡੈਫੀਨਿਟ ਮਿਲੀ ਆ। ਹਾਂ, 6 ਸਾਲ ਦੀ ਡਿਸਕ੍ਰਿਸ਼ਨਰੀ ਲੀਵ ਕੰਪਲੀਟ ਕਰਨ ਤੋਂ ਬਾਅਦ। ਵੈਰੀ ਗੁੱਡ। ਤੇ ਮੈਂ ਨੈਸ਼ਨੈਲਿਟੀ ਲਈ ਅਪਲਾਈ ਕਰਨਾ ਵਾ, ਕਦੋਂ ਕਰ ਸਕਦੀ ਹਾਂ? ਕਰ ਸਕਦੇ ਹਾਂ ਤੁਸੀਂ, ਮੇਰੇ ਖਿਆਲ ਨਾਲ ਤੁਸੀਂ 5 ਸਾਲ ਪੂਰੇ ਕਰਨੇ ਪੈਂਦੇ ਤੁਹਾਨੂੰ। ਬਟ 5 ਸਾਲ ਪੂਰੇ ਕਰਨੇ ਪੈਂਦੇ, ਤੁਸੀਂ 6 ਸਾਲ ਤਾਂ ਕਰ ਦਿੱਤੇ ਮੈਂ ਕਹਿੰਦਾ। ਹਾਂਜੀ, ਇਦਾਂ ਹੀ ਜਿੱਦਾਂ ਮਤਲਬ ਲੋਕ ਤਾਂ ਕਹਿੰਦੇ ਵੀ 1 ਸਾਲ ਇੰਡੈਫੀਨਿਟ ਤੋਂ ਬਾਅਦ 1 ਸਾਲ ਬਾਅਦ ਕਰ ਸਕਦੇ ਆ। ਹਾਂਜੀ, ਪਰ ਮੈਂ ਕਈਆਂ ਵਕੀਲਾਂ ਤੋਂ, ਜਿੱਦਾਂ ਹੋਰ ਵੀ ਜਿਹੜੇ ਤੁਹਾਡੀ ਵੀ ਆਉਣੀ ਹੁੰਦੀ ਹੈ ਇੱਥੇ, ਮੈਂ ਤੁਹਾਡੇ ਪ੍ਰੋਗਰਾਮ ਆਲਵੇਜ਼ ਦੇਖ ਦਿੰਦੀ ਹਾਂ, ਤੇ ਦੂਸਰਾ ਹੋਰਾਂ ਵਕੀਲਾਂ ਦਾ ਵੀ ਟੀਵੀ ਤੇ, ਉਹ ਵੀ ਕਹਿੰਦੇ ਜੇ 5 ਸਾਲ ਆਪਾਂ ਲੀਗਲੀ ਇਸ ਕੰਟਰੀ ਦੇ ਵਿੱਚ ਰਹੀਏ ਤਾਂ ਕਰ ਸਕਦੇ ਆ, ਹਨਾ। 5 ਸਾਲ ਲੀਗਲੀ ਰਹੋ, ਪਰ ਉਹ ਕਹਿੰਦੇ ਆ ਜਿਹੜੇ 1 ਸਾਲ ਹੁੰਦਾ ਨਾ ਤੁਹਾਡਾ ਅਖੀਰਲੀ, ਹਾਂਜੀ, ਉਹ ਫ੍ਰੀ ਹੋਣਾ ਚਾਹੀਦਾ ਕਿਸੇ ਇਮੀਗ੍ਰੇਸ਼ਨ ਕੰਟਰੋਲ ਤੋਂ। ਉਹ ਇਨਡੈਫੀਨਿਟ ਲੀਵ ਹੋਣੀ ਚਾਹੀਦੀ ਤੁਹਾਡੇ ਕੋਲ, ਸਾਲ ਹੋਇਆ ਹੋਣਾ ਚਾਹੀਦਾ। ਅੱਛਾ ਅੱਛਾ, ਤੇ ਮੈਨੂੰ ਲੱਗਦਾ ਸਾਲ ਤੁਹਾਨੂੰ ਠਹਿਰਨਾ ਹੀ ਪੈਣਾ ਭੈਣ ਜੀ। ਅੱਛਾ, ਨਹੀਂ ਉਹ ਇਦਾਂ ਵੀ ਕਹਿੰਦੇ ਸੀ ਵੀ ਜਿੱਦਾਂ ਲੀਗਲੀ ਕੋਈ ਵੀ ਵੀਜ਼ਾ ਹੋਵੇ ਆਪਾਂ ਇਸ ਕੰਟਰੀ ਦੇ ਵਿੱਚ ਲੀਗਲੀ ਹੋਣੇ ਚਾਹੀਦੇ ਆ। ਉਹ ਤਾਂ ਠੀਕ ਆ, ਉਹ ਤਾਂ 5 ਸਾਲ ਤੁਹਾਡੇ ਹੋ ਗਏ ਪੂਰੇ, ਪਰ ਪੱਕੇ ਹੋਏ ਨੂੰ ਸਾਲ ਕਹਿੰਦੇ ਹੋਣਾ ਚਾਹੀਦਾ। ਹੈ, ਲਿਖਿਆ ਹੁੰਦਾ ਫਾਰਮ ਤੇ ਕਿ ਪੱਕੇ ਹੋਏ ਨੂੰ ਸਾਲ ਹੋਣਾ ਚਾਹੀਦਾ ਹੈ। ਅੱਛਾ, ਤਾਂ ਫਿਰ ਵਾਟ ਸ਼ੁਡ ਆਈ ਡੂ? ਸ਼ੁਡ ਆਈ ਅਪਲਾਈ ਔਰ ਆਈ ਸ਼ੁਡ? ਯੂ ਸ਼ੁਡ ਵੇਟ, ਕਿ ਜੇ ਤੁਸੀਂ ਅਪਲਾਈ ਕੀਤਾ ਉਹਨਾਂ ਨੇ ਨਾ ਕਰਤੀ ਨਾ, ਤੁਹਾਡੀ ਫੀਸ ਰੱਖ ਲੈਣੀ ਇਹਨਾਂ ਨੇ। ਹਾਂ, ਇਹ ਤਾਂ ਹੈ, 1000 ਪਾਉਂਡ ਖੰਡ ਹੋਇਆ। ਹੈ ਨਾ, ਉਹ ਤੁਹਾਨੂੰ ਪਤਾ ਹੈ ਪੈਸੇ ਸੌਖੇ ਤਾਂ ਬਣਦੇ ਨਹੀਂ। ਹਾਂਜੀ, ਇਹ ਤਾਂ। ਹਾਂਜੀ, ਤੁਸੀਂ ਅਗਲੇ ਸਾਲ ਹੀ ਕਰ ਦਿਓ। ਅੱਛਾ ਅੱਛਾ, ਤੇ ਜੇ ਮਤਲਬ ਜਿਹੜਾ ਮੈਨੂੰ ਵੀਜ਼ਾ ਮਤਲਬ ਡਿਸਕ੍ਰਿਸ਼ਨਰੀ ਲੀਵ ਮਿਲੀ ਸੀਗੀ ਪਹਿਲਾਂ, ਹਾਂ, ਉਹ ਮੇਰੇ ਹਸਬੰਡ ਦੇ ਬੇਸਿਸ ਤੇ ਮਿਲੀ ਸੀ। ਠੀਕ ਹੈ ਜੀ। ਤੇ ਜੇ ਉਹਨੂੰ ਮੈਂ ਡਿਵੋਰਸ ਦੇ ਦਵਾਂ, ਫਿਰ ਕੋਈ ਮੇਰੀ ਸਿਟੀਜ਼ਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉ? ਨਹੀਂ। ਹੈ, ਨਹੀਂ ਕੋਈ ਪ੍ਰੋਬਲਮ ਨਹੀਂ। ਕਿੰਨਾ ਚਿਰ ਹੋ ਗਿਆ ਪੱਕੇ ਹੋਏ ਨੂੰ? ਆ ਮਾਰਚ, ਐਂਡ ਆਫ ਮਾਰਚ ਦੇ ਵਿੱਚ ਮੈਨੂੰ ਇੰਡੈਫੀਨਿਟ ਮਿਲੀ। ਥੋੜਿਆ ਹੁਣ ਸਾਫ ਹੀ ਲੈ ਲੈਂਦੇ ਹੋ, ਸਤੰਬਰ ਅਕਤੂਬਰ ਦਿਵਾਲੇ ਕਰ ਲਿਓ। ਅੱਛਾ ਅੱਛਾ, ਨਹੀਂ ਤਾਂ ਫਿਰ ਬਾਅਦ ਵੀ ਕਰ ਸਕਦੇ ਆ। ਹਾਂਜੀ, ਠਹਿਰ ਕੇ ਕਰ ਲਿਓ ਨਾ। ਅੱਛਾ ਜੀ, ਹਾਂ ਅੱਛਾ ਭਾਜੀ, ਥੈਂਕ ਯੂ ਵੈਰੀ ਮਚ। ਓਕੇ, ਕਰੋ ਡਿਵੋਰਸ ਹੀ, ਕਰੋ ਕਰੋ, ਗੁੱਡ ਲੱਕ ਤੁਹਾਨੂੰ। ਹਾਂਜੀ, ਹੁਣ ਅਸੀਂ ਆਪਣੇ ਅਗਲੇ ਕਾਲਰ ਵੱਲ ਤੇ ਦੇਖਦੇ ਆ ਕਿ ਕੌਣ ਆ ਲਾਈਨ ਤੇ। ਕਰੋ ਜੀ, ਜੀ ਭਰ ਕੇ ਥੋੜ੍ਹਾ ਗੈਪ ਜ਼ਰੂਰ ਫਾਇਦਾ ਕਰੋ ਮੇਰੇ ਵੀਰੋ ਤੋਂ ਭੈਣੋ, ਡਿਵੋਰਸ ਨੂੰ ਇੰਨਾ ਕਾਲੀ ਨਾ ਪਾਓ ਕਿ ਦੇਖੋ ਹੈ ਨਾ ਕਿ ਅਗਲਿਆਂ ਨੇ ਇੰਨੇ ਪਿਆਰ ਨਾਲ ਤੁਹਾਨੂੰ ਵੀਜ਼ਾ ਦਿੱਤਾ, ਉਹਨਾਂ ਦੇ ਬੇਸ 'ਤੇ ਥੋੜ੍ਹੇ ਸਨਮਾਨ ਰੱਖੋ ਅਗਲਿਆਂ ਦਾ, ਇੱਜ਼ਤ ਮਾਨ ਕਰੋ ਬਿਲਕੁਲ। ਇਹਨਾਂ ਨਾ ਹੋਮ ਆਫਿਸ ਨੂੰ ਦੱਸੋ ਜੀ ਕਿ ਕੱਲ੍ਹ ਪੱਕੇ ਹੋਏ ਅਤੇ ਅੱਜ ਹੁਣ ਅਸੀਂ ਡਿਵੋਰਸ ਕਰੀਏ, ਫਿਰ ਪਰਸੋਂ ਨੂੰ ਵਿਆਹ, ਥੋੜ੍ਹਾ ਜਿਹਾ ਗੈਪ ਪਾ ਦਿਆ ਕਰੋ।